ਮਾੜੇ ਨੂੰ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਂਦੇ ਆ ਟੈਂਪੂ ਬੁੱਕ ਕਰਾਇਆ ਆਪਾਂ ਨੇ ਕੈਬ ਬੁੱਕ ਕਰਾਈ ਹੈ ਜੀ ਘੰਟਾ ਘੰਟਾ ਲੱਗਣਾ ਤੁਹਾਨੂੰ ਮੈਂ ਤੁਹਾਨੂੰ ਜਦ ਦਿਖਾਉਂਦੇ ਆ ਜਾ ਕੇ ਦੇਖੋ ਖਾਲਸਾ ਕਾਲਜ ਅੰਮ੍ਰਿਤਸਰ ਵਾਲਾ ਕਿੰਨਾ ਵਧੀਆ ਬਿਲਡਿੰਗ ਹੈ ਨਾ ਬਾਬੇ ਖਾਲਸਾ ਕਾਲਜ ਆ ਜੀ ਅੰਮ੍ਰਿਤਸਰ ਉਹੀ ਬਸ ਬਾਘਾ ਬਾਰਡਰ ਪਹੁੰਚ ਚੱਲੇ ਅਸੀਂ ਟੈਂਪੂ ਦੇ ਉੱਪਰ ਖੜ੍ਹੇ ਹਾਂ ਜੀ ਹੁਣ ਸਾਡੀ ਕੈਬ ਹੈ ਸਾਡੀ ਕੈਬ ਬਸ ਪਹੁੰਚ ਚੱਲੇ ਜੀ ਟੋਲ ਪਲਾਜ਼ਾ ਟੱਪ ਕੇ ਕਹਿੰਦੇ ਟੋਲ ਪਲਾਜ਼ਾ ਤੋਂ ਗਾਹਾਂ ਹੀ ਆ ਹੁਣ ਮਿਲਦੇ ਆਪਾਂ ਸਿੱਧਾ ਜਾ ਕੇ ਬਾਘਾ ਬਾਰਡਰ ਲਓ ਜੀ ਪਹੁੰਚ ਤਾਂ ਗਏ ਹੁਣ 1 ਕਿਲੋਮੀਟਰ ਤੁਰ ਕੇ ਜਾਣਾ ਪੈਣਾ ਆਪਾਂ ਨੂੰ ਉੱਥੇ ਤੱਕ ਹੁਣ 1 ਕਿਲੋਮੀਟਰ ਤੱਕ ਤੁਰ ਕੇ ਜਾਣਾ ਪੈਣਾ ਲਾਈਨ 'ਚ ਖੜ੍ਹੇ ਹਾਂ ਹੁਣ ਬਸ 20-25 ਮਿੰਟ ਲੱਗਣੇ ਆ ਅੰਦਰ ਜਾਣ ਨੂੰ ਫਿਰ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਚੈਕਿੰਗ ਚੁਕਿੰਗ ਕਰਾਉਣ ਤੋਂ ਬਾਅਦ ਹੁਣ ਆਪਾਂ ਪਹੁੰਚੇ ਹਾਂ ਬਾਰਡਰ 'ਤੇ ਦੇਖੋ ਜੀ ਲਓ ਜੀ ਦੇਖੋ ਇਹ ਹੈਗਾ ਲੇਡੀਜ਼ ਆਰਮੀ ਦੇਖੋ ਕਿੰਨਾ ਵਧੀਆ ਕਰਨ ਲੱਗੇ ਹੋਏ ਲਓ ਜੀ ਹੁਣ ਦੇਖੋ ਦੂਜੀ ਸਾਈਡ ਪਾਕਿਸਤਾਨ ਵੱਲ ਲੇਡੀਜ਼ ਆਰਮੀ ਆ ਰਹੀ ਹੈ ਲਓ ਜੀ ਜਿਵੇਂ ਕਿ ਤੁਸੀਂ ਦੇਖਿਆ ਹੁਣ ਪਾਕਿਸਤਾਨ ਅਤੇ ਇੰਡੀਆ ਦਾ ਗੇਟ ਖੁੱਲ੍ਹ ਗਿਆ ਹੁਣ ਦੇਖੋ ਤੁਸੀਂ ਕਿਵੇਂ ਆਰਮੀ ਵਾਲੇ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਲਓ ਜੀ ਹੁਣ ਦੇਖੋ ਝੰਡੇ ਦੀ ਰਸਮ ਸ਼ੁਰੂ ਹੋਣ ਲੱਗੀ ਹੈ ਇੰਡੀਆ ਅਤੇ ਪਾਕਿਸਤਾਨ ਵਾਲਿਆਂ ਦੀ
ਜਿਵੇਂ ਕਿ ਤੁਸੀਂ ਦੇਖਿਆ ਕਿ ਕਿਵੇਂ ਮਾਰਕੀਟ ਕੀਤੀ, ਉੱਧਰ ਦੇਖ ਲਓ ਪਾਕਿਸਤਾਨ ਵਾਲੇ ਬੰਦੇ ਆ ਸਾਰੇ, ਜਿੰਨੇ ਵੀ ਪਾਕਿਸਤਾਨ ਵਾਲੇ ਘੱਟ ਆ ਇਸ ਵਾਰ, ਇੰਡੀਆ ਵਾਲੇ ਬਹੁਤ ਜ਼ਿਆਦਾ। ਉੱਧਰ ਦੇਖੋ ਪਾਕਿਸਤਾਨ, ਹੁਣ ਆਖਰੀ ਵਾਰੀ ਦੇਖ ਲਓ, ਉੱਧਰ ਹੈਗਾ ਪਾਕਿਸਤਾਨ, ਉੱਧਰ ਹੈਗਾ ਇੰਡੀਆ। ਚਲੋ ਜੀ ਚੱਲਦੇ ਹਾਂ, ਵਾਰੀ ਦੇਖ ਲਈਏ ਉੱਧਰ ਪਾਕਿਸਤਾਨ ਨੂੰ, ਫਿਰ ਕਿੱਥੇ ਗੇੜਾ ਵੱਜਣਾ, ਹੁਣ ਵੱਜਿਆ 10 ਸਾਲ ਬਾਅਦ ਗੇੜਾ, ਫਿਰ ਖਬਰੇ ਕਦ ਵੱਜਣਾ। ਚੱਲਦੇ ਹਾਂ ਹੁਣ ਆਪਾਂ ਅੰਮ੍ਰਿਤਸਰ ਨੂੰ, ਅਤੇ ਉੱਥੇ ਮੱਥਾ ਮੁੱਥਾ ਟੇਕ ਕੇ ਫਿਰ ਤੁਹਾਨੂੰ ਉੱਥੇ ਦਰਸ਼ਨ ਕਰਾਉਂਦੇ ਹਾਂ, ਬਣੇ ਰਹੋ ਵੀਡੀਓ ਦੇ ਨਾਲ। ਇੱਧਰ ਇੰਡੀਆ ਦਾ ਝੰਡਾ ਪਤਾ ਨਹੀਂ ਕਿੱਥੇ ਗਿਆ, ਇੱਧਰ ਖਾਲੀ ਹੋ ਫਿਰਦਾ, ਇੱਧਰ ਪੈ ਵਜਿਆ, ਉੱਧਰ ਦੇਖੋ ਉੱਧਰ ਪਰਲੇ ਪਾਸੇ ਜਿਹੜਾ ਮੈਂ ਪਹਿਲਾਂ ਦਿਖਾਇਆ, ਉੱਧਰ ਪਾਕਿਸਤਾਨ ਦਾ ਝੰਡਾ ਤਾਂ ਹੈਗਾ, ਉਹ ਦੇਖੋ ਥੋੜ੍ਹਾ ਥੋੜ੍ਹਾ ਦਿਖਦਾ ਹੋਣਾ ਤੁਹਾਨੂੰ, ਅਤੇ ਇੰਡੀਆ ਦਾ ਝੰਡਾ ਪਤਾ ਨਹੀਂ ਕਿਉਂ ਨਹੀਂ ਹੈਗਾ, ਪਤਾ ਨਹੀਂ ਕਿਆ ਹੋ ਗਿਆ ਇਹਨਾਂ ਨੂੰ, ਜ਼ਿਆਦਾ ਮਨ ਲੱਗਦਾ ਜੀ ਲੱਗ ਗਿਆ ਉਰੇ ਜਾਣ ਦਾ, ਇਹਦਾ ਮਨ ਨਹੀਂ ਕਰਦਾ ਪਤਾ ਨਹੀਂ ਕਿਉਂ, ਕਹਿੰਦਾ ਮੈਂ ਤਾਂ ਉਰੀ ਰਹਿਣਾ। ਬਿੱਲੇ ਦੱਸ, ਇਹ ਤਾਂ ਉਰੀ ਰਹਿਣਾ, ਤੇਰਾ ਮੈਂ ਕਰਾ ਦਿੰਦੇ ਕਮਰਾ ਬੁੱਕ ਉਰੇ BSF ਦੇ ਜਵਾਨਾਂ ਨਾਲ। ਹੋ ਜੀ ਚੱਲਦੇ ਹਾਂ ਹੁਣ ਆਪਾਂ, ਫਿਰ ਦਿਖਾਉਂਦੇ ਤੁਹਾਨੂੰ ਜਾ ਕੇ, ਤੁਹਾਨੂੰ ਸੁਣਾ ਦਈਏ ਗਾਣਾ, ਹੁਣ ਐਂਟਰਟੇਨਮੈਂਟ ਕਰ ਲਈ ਮਾੜਾ ਮੋਟਾ। ਇੱਕ ਚਾਲੀ ਫੋਟੋ ਹੁਣ ਆਪਾਂ ਨੇ, ਹੁਣ ਬਿੱਲਾ ਕਹਿੰਦਾ ਚੱਲਦੇ ਹਾਂ ਘਰ ਨੂੰ, ਸਾਡਾ ਉਬਰ ਬੁੱਕ ਕਰਾਈ ਹੋਈ ਹੈ, ਉਹ ਨਾ ਲੰਘ ਜਾਵੇ ਕਹਿੰਦੇ। ਲਓ ਜੀ ਹੁਣ ਚੱਲਦੇ ਹਾਂ ਆਪਾਂ ਘਰ ਨੂੰ, ਹਨੇਰਾ ਬਹੁਤ ਹੋ ਗਿਆ, ਫਿਰ ਆਪਾਂ ਦਰਬਾਰ ਸਾਹਿਬ ਮੱਥਾ ਵੀ ਟੇਕਣਾ, ਦੇਖੋ ਕਿੰਨਾ ਹਨੇਰਾ ਹੋ ਗਿਆ ਆਲੇ ਦੁਆਲੇ। ਮਿਲਦੇ ਹਾਂ ਫਿਰ ਆਪਾਂ ਦਰਬਾਰ ਸਾਹਿਬ ਜਾ ਕੇ, ਬਣੇ ਰਹੋ ਵੀਡੀਓ ਦੇ ਨਾਲ। ਲਓ ਜੀ ਕਰੋ ਦਰਬਾਰ ਸਾਹਿਬ ਦੇ ਦਰਸ਼ਨ, ਦੇਖੋ ਕਿੰਨਾ ਵਧੀਆ ਵਿਊ ਆਲੇ ਦੁਆਲੇ। ਰਾਤ ਦੇ 12:30 ਹੋ ਗਏ, ਬਹੁਤ ਲੇਟ ਹੋ ਗਏ ਅਸੀਂ ਅੱਜ, ਹੁਣ ਮਿਲਦੇ ਹਾਂ ਆਪਾਂ।